ਜਾਵਾਂ ਵਾਰੇ ਵਾਹਿਗੁਰੂ ਮੇਰਾ ਵਾਲਿਆ ਸੱਚੇ ਪਾਤਸ਼ਾਹ ਹੌਸਲਾ ਬਣਾਈ ਰੱਖੀ ਸਿਰ ਤੋਂ ਨਾ ਹੱਥ ਚੁੱਕੀ ਦੇਵੀ ਬਸ ਚਰਨਾ ਚ ਥਾ ਹਿਰਦਾਏ ਸ਼ੁੱਧ ਰਹੇ ਤੇਰੀ ਸੁੱਧ ਬੁੱਧ ਰਹੇ ਨਾ ਇੱਕ ਪਲ ਭੁੱਲਾ ਤੇਰਾ ਨਾ ਵਾਹਿਗੁਰੂ ਬੋਲੇ ਸੋਨਿਹਾਲ ਬੜੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਜਿੰਨੀਆਂ ਵੀ ਸੰਗਤਾਂ ਅੱਜ ਗੁਰਦੁਆਰਾ ਸਾਹਿਬ ਧੰਨ ਧੰਨ ਬਾਬਾ ਬੁੱਢਾ ਜੀ ਸਿੱਖ ਸੈਂਟਰ ਕਸਤਰੇ ਲੋਬਰੇਸ਼ੀਆ ਵਿਖੇ ਹਾਜ਼ਰੀਆਂ ਭਰ ਰਹੀਆਂ ਹਨ, ਉਹਨਾਂ ਸਾਰਿਆਂ ਵੱਲੋਂ ਦੁਨੀਆ ਭਰ ਵਿੱਚ ਵਸਦੀ ਨਾਨਕ ਨਾਮ ਲੇਵਾ ਸਾਧ ਸੰਗਤ ਜੀ ਨੂੰ ਸਿੱਖ ਪੰਥ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਅਤੇ ਸ਼੍ਰੀ ਕਰਤਾਰਪੁਰ ਸਾਹਿਬ ਜੀ ਦਾ ਲਾਂਘਾ ਖੁੱਲ੍ਹਣ 'ਤੇ ਬਹੁਤ ਬਹੁਤ ਲੱਖਾਂ ਹੀ ਲੱਖਾਂ ਵਧਾਈਆਂ ਹੋਣ ਜੀ। ਸੋ ਗੁਰੂ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ ਹੈ ਜੋ ਕਰਤਾਰਪੁਰ ਸਾਹਿਬ ਦਾ ਲਾਂਘਾ ਸਿੱਖ ਸੰਗਤਾਂ ਵਾਸਤੇ ਕੱਲ੍ਹ ਖੋਲ੍ਹਿਆ ਗਿਆ ਹੈ, ਸੋ ਉਹਦੇ ਲਈ ਅਸੀਂ ਸਮੁੱਚੀ ਸੰਗਤ ਜੋ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਾਹਿਬ ਹਨ ਇਮਰਾਨ ਖਾਨ ਜੀ ਅਤੇ ਭਾਰਤ ਦੇ ਜੋ ਕਾਂਗਰਸ ਦੇ ਲੀਡਰ ਹਨ ਸਿੱਧੂ ਸਾਹਿਬ, ਉਹਨਾਂ ਦਾ ਸਮੁੱਚੀਆਂ ਸੰਗਤਾਂ ਵੱਲੋਂ ਵੀ ਧੰਨਵਾਦ ਕਰਨਾ ਚਾਹਾਂਗੇ, ਕਿਉਂਕਿ ਬਹੁਤ ਸਾਲਾਂ ਤੋਂ ਸੰਗਤਾਂ ਉੱਥੇ ਡੇਰਾ ਬਾਬਾ ਨਾਨਕ ਸਾਹਿਬ ਦਰਸ਼ਨ ਕਰਨ ਜਾਂਦੀਆਂ ਸਨ ਅਤੇ ਬਾਰਡਰ 'ਤੇ ਜਾ ਕੇ ਦੂਰਬੀਨ ਰਾਹੀਂ ਇੱਕ ਝਲਕ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੀ ਗੁਰਦੁਆਰਾ ਸਾਹਿਬ ਦੀ ਦੇਖਣ ਨੂੰ ਤਰਸਦੀਆਂ ਸਨ। ਮੈਨੂੰ ਯਾਦ ਆ ਜਦੋਂ ਅਸੀਂ ਇੱਕ ਵਾਰ ਗਏ ਅਤੇ ਉਹਨਾਂ ਦੀਆਂ ਦੂਰਬੀਨਾਂ ਉਸ ਦਿਨ ਖਰਾਬ ਸਨ ਅਤੇ ਸੰਗਤਾਂ ਬਹੁਤ ਹੀ ਨਿਰਾਸ਼ਾ ਦੇ ਵਿੱਚ ਵਾਪਸ ਆਈਆਂ ਕਿਉਂਕਿ ਉਹਨਾਂ ਨੂੰ ਪਾਰ ਦਿਖਾਈ ਕੁਛ ਨਹੀਂ ਦੇ ਰਿਹਾ ਸੀ। ਸੋ ਇਹ ਬੜੀ ਵੱਡੀ ਕਿਰਪਾ
ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਕੀਤੀ ਹੈ। ਸੋ ਆਪਾਂ ਜ਼ਿਆਦਾ ਹੁਣ ਟਾਈਮ ਨਹੀਂ ਲੈਣਾ, ਉਸ ਤਰ੍ਹਾਂ ਵੀ 10-15 ਮਿੰਟ ਅਸੀਂ ਲੇਟ ਹੈਗੇ ਹਾਂ, ਪਰ ਅੱਜ ਮੌਸਮ ਬਹੁਤ ਵਧੀਆ ਹੈਗਾ ਆ ਅਤੇ ਸਾਡਾ ਜੋ ਨਗਰ ਕੀਰਤਨ ਹੈ ਇਹਦਾ ਟਾਈਮ 1 ਵਜੇ ਦਾ ਰੱਖਿਆ ਗਿਆ ਸੀ ਇਸ ਵਾਰ, ਅਤੇ ਸਾਡੇ 5 ਪਿਆਰੇ ਸਹਿਬਾਨ, 5 ਨਿਸ਼ਾਨਚੀ ਸਾਹਿਬ ਸਹਿਬਾਨ ਅਤੇ ਉਹਨਾਂ ਦੇ ਨਾਲ ਜੋ ਸੇਵਾਵਾਂ ਨਾਲ ਨਿਭਾ ਰਹੇ ਹਨ ਸਾਡੇ ਸਿੰਘ ਸਹਿਬਾਨ ਸਾਰੇ ਪਹੁੰਚ ਚੁੱਕੇ ਹਨ। ਅਤੇ ਹੁਣ ਅਰਦਾਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਪਾਲਕੀ ਸਾਹਿਬ 'ਚ ਲਿਜਾ ਕੇ ਸੁਸ਼ੋਭਿਤ ਕੀਤੇ ਜਾਣਗੇ, ਅਰਦਾਸ ਉਪਰੰਤ 5 ਪਿਆਰਿਆਂ ਦੀ ਰਹਿਨੁਮਾਈ ਹੇਠ ਨਗਰ ਕੀਰਤਨ ਦੀ ਰਮਤਾ ਹੋਵੇਗੀ। ਸੋ ਹੁਣ ਸਾਡੀ ਜਦੋਂ ਤੱਕ ਗੁਰਦੁਆਰਾ ਸਾਹਿਬ ਵਿਖੇ ਨਗਰ ਕੀਰਤਨ ਦੁਬਾਰਾ ਨਹੀਂ ਪਹੁੰਚਦੇ ਉਦੋਂ ਤੱਕ ਇਹ ਸਾਰੀ ਸੇਵਾ 5 ਪਿਆਰੇ ਸਹਿਬਾਨ ਨਿਭਾਉਣਗੇ, ਜਿਸ ਤਰ੍ਹਾਂ ਵੀ ਉਹ ਸੰਗਤਾਂ ਨੂੰ ਆਰਡਰ ਕਰਨ ਉਸੇ ਤਰ੍ਹਾਂ ਅਸੀਂ ਬੇਨਤੀ ਕਰਕੇ ਉਹਨੂੰ ਪ੍ਰਵਾਨ ਕਰਨਾ ਹੈ। ਸਾਰਿਆਂ ਨੇ ਰਲ ਮਿਲ ਕੇ ਬੜੇ ਹੀ ਅਨੁਸ਼ਾਸਨ ਦੇ ਵਿੱਚ ਰਹਿ ਕੇ ਨਗਰ ਕੀਰਤਨ ਦੇ ਨਾਲ ਸੇਵਾਵਾਂ ਕਰਨੀਆਂ ਹਨ, ਅਤੇ ਬੇਨਤੀ ਹੈ ਕਿ ਕੋਈ ਵੀ ਵੀਰ ਭੈਣ ਅਗਰ ਕੋਈ ਥੋੜ੍ਹਾ ਬਹੁਤਾ ਉੱਚਾ ਨੀਵਾਂ ਬੋਲਦਾ ਹੈ ਤਾਂ ਵੀ ਉਹਨੂੰ ਪਿਆਰ ਦੇ ਨਾਲ ਹੱਥ ਜੋੜ ਕੇ ਉਹਨਾਂ ਅੱਗੇ ਬੇਨਤੀਆਂ ਕਰਨੀਆਂ ਹਨ। ਸੋ ਆਪਾਂ ਬੇਨਤੀ ਕਰਨੀ ਹੈ ਕਿ ਪੂਰੇ ਸ਼ਾਂਤੀ ਦੇ ਵਿੱਚ ਰਹਿ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ 5 ਪਿਆਰੇ ਸਹਿਬਾਨ ਦੀ ਅਗਵਾਈ ਹੇਠ ਬਿਲਕੁਲ ਚੜ੍ਹਦੀ ਕਲਾ ਦੇ ਨਾਲ ਸ਼ਾਂਤੀ ਵਿੱਚ ਰਹਿ ਕੇ ਨਗਰ ਕੀਰਤਨ ਸਜਾਉਣੇ ਹਨ। ਸੋ ਅੱਜ ਦੇ ਦਿਹਾੜੇ 'ਤੇ ਬਾਬਾ ਨਾਨਕ ਜੀ ਨੇ ਸਰਬੱਤ ਦਾ ਭਲਾ, ਆਪਾਂ ਅਰਦਾਸ ਜਦੋਂ ਕਰਦੇ ਹਾਂ ਉਸ ਤੋਂ ਬਾਅਦ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦੇ ਭਲੇ ਦੀ ਕਾਮਨਾ ਕਰਦੇ ਹਾਂ, ਬੇਨਤੀ ਕਰਦੇ ਹਾਂ, ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ। ਪਰ ਅੱਜ ਕਹਿਣਾ ਬਣਦਾ ਹੈ ਕਿ 3 ਮਹੀਨੇ ਅਤੇ 5 ਦਿਨ ਹੋ ਗਏ ਹਨ ਜੋ ਕਸ਼ਮੀਰ ਦੇ ਵਿੱਚ ਸਾਡੇ ਸਿੱਖ ਭਾਈਚਾਰਾ, ਮੁਸਲਮਾਨ ਭਾਈਚਾਰਾ ਅਤੇ ਹੋਰ ਭਾਈਚਾਰੇ ਉੱਥੇ ਬੰਦੀ ਬਣਾ ਕੇ ਰੱਖੇ ਗਏ ਹਨ। ਇੰਨਾ ਉਹਨਾਂ 'ਤੇ ਤਸ਼ੱਦਦ ਹੋ ਰਿਹਾ ਹੈ, ਕੋਈ ਉੱਥੇ ਮੀਡੀਆ ਨੂੰ ਜਾਣ ਦੀ ਇਜਾਜ਼ਤ ਨਹੀਂ। ਸੋ ਅਸੀਂ ਉਹਨਾਂ ਦੀ ਵੀ ਨਿਖੇਧੀ ਕਰਦੇ ਹਾਂ, ਬੇਨਤੀ ਕਰਦੇ ਹਾਂ ਕਿ ਛੇਤੀ ਤੋਂ ਛੇਤੀ ਉੱਥੋਂ ਦੀ ਜੋ ਜਨਤਾ ਹੈ ਕਸ਼ਮੀਰ ਦੀ ਉਹਨਾਂ ਨਾਲ ਮਿਲ ਕੇ ਇਹ ਮਸਲੇ ਦਾ ਹੱਲ ਕੱਢਿਆ ਜਾਵੇ ਜੀ। ਸੋ ਇੱਥੇ ਹੀ ਫਤਿਹ ਬੁਲਾਉਂਦੇ ਹਾਂ, ਬੋਲਦੇ ਹਾਂ, ਅੱਖਰ ਵਾਧਾ ਘਾਟਾ ਹੋ ਜਾਣਾ ਸੁਭਾਵਿਕ ਹੈ। ਆਪ ਸਮੁੱਚੀ ਸੰਗਤ, ਗੁਰੂ ਸਾਹਿਬ ਬਖਸ਼ਣਯੋਗ ਹਨ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਜਿੱਥੇ ਬਾਬਾ ਪੈਰ ਧਰੇ, ਜਿੱਥੇ ਬਾਬਾ ਪੈਰ ਧਰੇ, ਜਿੱਥੇ ਬਾਬਾ ਪੈਰ ਧਰੇ, ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਆਪਣ ਸੋਆ, ਪੂਜਾ ਆਸਣ ਆਪਣ ਸੋਆ।
ਸਾਧ ਸੰਗਤ ਜੀ ਆਪ ਜੀ ਦੇਖ ਸਕਦੇ ਹੋ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਲਕੀ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਸਵਾਰੀ ਜੋ ਹੈ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਤਿਆਰ ਕੀਤੀ ਗਈ ਹੈ। ਪੰਜ ਨਿਸ਼ਾਨਤੀ ਸਾਹਿਬਾਨ, ਪੰਜ ਸਿੰਘ ਸਾਹਿਬਾਨ ਸੱਜ ਤੱਕ ਕੇ ਹਾਜ਼ਰ ਹਨ। ਅਰਦਾਸਾ ਸੋਧਿਆ ਜਾ ਚੁੱਕਿਆ ਹੈ, ਹੁਣ ਚਾਲੇ ਪਾਉਣ ਲੱਗਾ ਹੈ ਨਗਰ ਕੀਰਤਨ। ਸੋ ਆਪ ਸੰਗਤਾਂ ਨੂੰ KTV ਆਪਣੇ ਕੈਮਰੇ ਦੀ ਅੱਖ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਦੇ ਦਰਸ਼ਨ ਕਰਵਾਵੇਗਾ। ਸਾਡੇ ਨਾਲ ਜੁੜ ਚੁੱਕੇ ਸਾਡੇ ਸਤਿਕਾਰਯੋਗ ਭੈਣ ਜੀ, ਭੈਣ ਜੀ ਅੱਜ ਖੁਸ਼ੀਆਂ ਭਰੇ ਮੌਕੇ ਤੇ ਆਪ ਜੀ ਕੀ ਕਹਿਣਾ ਚਾਹੁੰਦੇ ਹੋ? ਪੰਜਾਬ ਜੀ ਸਿੱਖ ਚੈਂਗਰ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਖੁਸ਼ੀਆਂ ਭਰਾ ਦਿਹਾੜਾ ਇਸ ਤਰ੍ਹਾਂ ਦੇ ਸੰਗਤਾਂ ਨੂੰ ਵਿਖਾਉਂਦਾ ਰਹੇ। ਮਹਾਰਾਜ ਚੜ੍ਹਦੀ ਕਲਾ ਰਹੇ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਜੀ ਆਪ ਜੀ ਕੀ ਕਹਿਣਾ ਚਾਹੁੰਦੇ ਹੋ? ਖੁਸ਼ੀਆਂ ਭਰੇ ਮੌਕੇ ਫਤਿਹ ਜੀ। ਸਮੂਹ ਸਾਧ ਸੰਗਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਗੁਰਦਾਸਪੁਰਬ ਦੇ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੀਆਂ ਸਤਿਕਾਰਯੋਗ ਭੈਣਾਂ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਹੋਇਆਂ ਆਪਣੀਆਂ ਸੇਵਾਵਾਂ ਦੇ ਰਹੀਆਂ ਨੇ, ਸਾਡੇ ਨਾਲ ਜੁੜ ਚੁੱਕੇ ਭੈਣ ਜੀ, ਅੱਜ ਦੇ ਖੁਸ਼ੀਆਂ ਭਰੇ ਮੌਕੇ ਤੇ ਆਪ ਜੀ ਕੀ ਕਹਿਣਾ ਚਾਹੁੰਦੇ ਹੋ? ਅਸੀਂ ਸਭ ਤੋਂ ਪਹਿਲਾਂ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਦਿਹਾੜੇ ਤੇ ਸਭ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਭੈਣ ਜੀ ਆਪ ਜੀ ਸੁਭਾਗੇ ਹੋ, ਆਪ ਜੀ ਨੂੰ ਸੇਵਾ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ, ਕੀ ਕਹਿਣਾ ਚਾਹੁੰਦੇ ਹੋ ਅੱਜ ਆਗਮਨ ਪੁਰਬ ਨੂੰ? ਖੁਸ਼ੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸਾਰੀ ਸਿੱਖ ਸੰਗਤ ਨੂੰ ਲੱਖ ਲੱਖ ਵਧਾਈਆਂ, 550 ਸਾਲ ਗੁਰੂ ਨਾਨਕ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਦੀ ਸਮੂਹ ਜਗਤ ਨੂੰ ਲੱਖ ਲੱਖ ਵਧਾਈ ਹੋਏ। ਗੁਰਦਾ ਧੰਨ ਧੰਨ ਬਾਬਾ ਬੁੱਢਾ ਸਾਹਿਬ ਸਿੱਖ ਸੈਂਟਰ ਕਸਟਨ ਨੇਲੇ ਸੰਗਤਾਂ ਵੱਲੋਂ, ਜਿੱਥੇ ਕਿੱਥੇ ਗੁਰੂ ਨਾਨਕ ਦੇਵ ਨਾਮ ਸਿੱਖ ਸੰਗਤਾਂ ਬੈਠੀਆਂ, ਸਭਨਾਂ ਨੂੰ ਲੱਖ ਲੱਖ ਵਧਾਈਆਂ ਹੋਣ। ਗੁਰੂ ਨਾਨਕ ਦੇਵ ਸਾਹਿਬ ਨੇ ਚੜ੍ਹਦੀਆਂ ਕਲਾ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰ ਕਿਰਪਾ ਦੀਜੇ ਨਾ, ਕਰ ਕਿਰਪਾ ਦੀਜੇ ਨਾ, ਨਾਨਕ ਕੀ ਬਿਨੰਤੀ ਆ, ਨਾਨਕ ਕੀ ਬਿਨੰਤੀ ਆ। ਕਰ ਕਿਰਪਾ ਦੀਜੇ ਨਾ, ਕਰ ਕਿਰਪਾ ਦੀਜੇ ਨਾ, ਕਰ ਕਿਰਪਾ ਦੀਜੇ ਨਾ, ਕਰ ਕਿਰਪਾ ਦੀਜੇ ਨਾ, ਨਾਨਕ ਕੀ ਬਿਨੰਤੀ ਆ, ਨਾਨਕ ਕੀ ਬਿਨੰਤੀ ਆ। ਕਿਰਤ ਕੀਤੇ
ਕਿਰਪਾ ਦੀਜੇ ਨਾ, ਕਰ ਕਿਰਪਾ ਦੀਜੇ ਨਾ, ਨਾਨਕ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸਾਰੀ ਸੰਗਤ ਨੂੰ 550ਵਾਂ ਗੁਰਪੁਰਬ ਅਤੇ ਲੱਖ ਲੱਖ ਸਾਰੀ ਸੰਗਤ ਨੂੰ ਵਧਾਈ ਦਿੰਦਾ ਹੈ। ਇਹ ਗੁਰੂ ਦਾ ਜੋ ਸੰਦੇਸ਼ ਹੈ ਉਹ ਘਰ ਘਰ ਪਹੁੰਚਾਉਣ ਵਾਸਤੇ ਇਹ ਨਗਰ ਕੀਰਤਨ ਚੱਲ ਰਹੇ ਹਨ। ਅਤੇ ਬਾਕੀ ਜੋ ਵੀ ਸਿੱਖ ਸੰਗਤ ਆ ਬਈ, ਜੋ ਗੁਰੂ ਨੇ ਪ੍ਰਚਾਰ ਕੀਤਾ ਹੈ, ਜੋ ਸੰਦੇਸ਼ ਦਿੱਤਾ ਹੈ, ਉਹ ਇੱਕੋ ਹੀ ਹੈ ਕਿ ਨਾਮ ਜਪੋ, ਵੰਡ ਛਕੋ ਅਤੇ ਕਿਰਤ ਕਰੋ। ਉਹਦੇ ਸੰਦੇਸ਼ ਦੇ ਹਿਸਾਬ ਨਾਲ ਵੀ ਨਾਮ ਜ਼ਰੂਰੀ ਆ, ਕਿਰਤ ਜ਼ਰੂਰੀ ਹੈ। ਅਤੇ ਬਾਕੀ ਮੇਰੇ ਵੱਲੋਂ ਇੱਕ ਵਾਰੀ ਫਿਰ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਚੱਲ ਰਹੇ ਨਗਰ ਕੀਰਤਨ ਦੇ ਅੰਦਰ ਸਾਡੇ ਨਾਲ ਜੁੜ ਚੁੱਕੇ ਨੇ ਗੁਰੂ ਘਰ ਦੇ ਸੇਵਾਦਾਰ ਭਾਈ ਸਾਹਿਬ ਭਾਜੀ। ਅੱਜ ਦੇ ਇਸ ਖੁਸ਼ੀਆਂ ਭਰੇ ਮੌਕੇ 'ਤੇ ਜਿਵੇਂ ਆਪ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਵਾਰੀ ਦੇ ਨਾਲ ਨਾਲ ਚੱਲ ਰਹੇ ਹੋ, ਕੀ ਆਨੰਦ ਮਹਿਸੂਸ ਕਰ ਰਹੇ ਹੋ ਔਰ ਕੀ ਕਹਿਣਾ ਚਾਹੁੰਦੇ ਹੋ ਕੇ ਟੀ ਵੀ ਦੇ ਮਾਧਿਅਮ ਰਾਹੀਂ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ।
ਅੱਜ ਦੇ ਦਿਨ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ, ਜੋ ਕਿ ਗੁਰੂ ਮਹਾਰਾਜ ਸਾਰੇ ਕੁੱਲ ਦੇ ਬਾਨੀ ਨੇ, ਉਹਨਾਂ ਬਾਰੇ ਅਸੀਂ ਕਹਿਣਾ ਤਾਂ ਕਿ ਬਹੁਤ ਹੀ ਵੱਧ ਤੋਂ ਵੱਧ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ 'ਤੇ ਸੰਗਤਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਇਹਨਾਂ ਦਾ ਸੰਦੇਸ਼ ਮਿੱਠ ਤਨੀ ਨਾਨਕਾ ਗੁਣ ਚੰਗਿਆਈਆਂ ਤੱਤ ਦੇ ਬਾਹਾਂ ਵਾਕ ਅਨੁਸਾਰ ਸਾਰੀ ਦੁਨੀਆ ਨੂੰ ਬਾਬਾ ਨਾਨਕ ਇਹੀ ਸੰਦੇਸ਼ ਦਿੰਦੇ ਨੇ ਕਿ ਸੱਚ ਦੀ ਕਮਾਈ ਕਰੋ, ਜਿਵੇਂ ਉਹਨਾਂ ਨੇ ਹਲ ਵਾਹ ਕੇ ਸੱਚੀ ਸੁੱਚੀ ਕਮਾਈ ਕੀਤੀ ਆ, ਅਤੇ ਲੋਕਾਂ ਨੂੰ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਸੰਦੇਸ਼ ਦਿੱਤਾ। ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਸੰਗਤ ਨੂੰ ਕਿ ਰਲ ਮਿਲ ਕੇ ਸਦਾ ਰਹੋ ਅਤੇ ਉਹਨਾਂ ਦੀਆਂ ਪੂਰਨਿਆਂ 'ਤੇ ਚੱਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਲ ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ। ਕਲਯੁਗ ਬਾਬੇ ਤਾਰਿਆ, ਸਤਨਾਮ ਪੜ ਮੰਤਰ ਸੁਣਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੀ ਪਾਕਿਸਤਾਨ ਨੂੰ ਕੋਰਾਡੋਰ ਖੁੱਲ੍ਹੀ ਉਹ 'ਤੇ ਬੜੀ ਖੁਸ਼ੀ ਹੋਈ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਅਤੇ ਸਾਰਿਆਂ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਡੇ ਨਾਲ ਵੀਰ ਜੀ ਜੁੜ ਚੁੱਕੇ ਨੇ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਉਹਨਾਂ ਦੇ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸੇਵਾਵਾਂ ਕਰ ਰਹੇ ਨੇ। ਵੀਰ ਜੀ, ਅੱਜ ਦੇ ਸ਼ੁਭ ਦਿਹਾੜੇ 'ਤੇ KTV ਦੇ ਮਾਧਿਅਮ ਰਾਹੀਂ ਆਪ ਜੀ ਕੀ ਕਹਿਣਾ ਚਾਹੁੰਦੇ ਹੋ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੀ ਸਿੱਖ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਵਧਾਈਆਂ। ਜੋ ਗੁਰੂ ਨਾਨਕ ਦੇਵ ਜੀ ਨੇ ਕਿਹਾ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਇਹਨਾਂ 'ਤੇ ਜ਼ਰੂਰ ਅਮਲ ਕਰੋ ਅਤੇ ਇਹਨਾਂ 'ਤੇ ਚੱਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਪਾਤਸ਼ਾਹ ਦੇ 550 ਪ੍ਰਕਾਸ਼ ਦਿਹਾੜੇ ਦੀ 550 ਪ੍ਰਕਾਸ਼ ਦਿਹਾੜੇ ਦੀ ਆਪ ਸੰਗਤ ਨੂੰ ਵੱਧ ਵੱਧ ਵਧਾਈ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸਾਡੇ ਨਾਲ ਜੁੜ ਚੁੱਕੇ ਨੇ ਗੁਰੂ ਘਰ ਦੇ ਸੇਵਾਦਾਰ। ਵੀਰ ਜੀ, ਅੱਜ ਦੇ ਇਸ ਖੁਸ਼ੀਆਂ ਭਰੇ ਮੌਕੇ 'ਤੇ ਜੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ 550 ਸਾਲਾ ਆਗਮਨ ਪੁਰਬ, ਜਿਸ ਦੇ ਸੰਬੰਧ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ, ਇਸ ਦੇ ਸੰਬੰਧ ਵਿੱਚ KTV ਦੇ ਮਾਧਿਅਮ ਰਾਹੀਂ ਆਪ ਜੀ ਆਪਣੇ ਵਿਚਾਰ ਜ਼ਰੂਰ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਗੁਰੂ ਨਾਨਕ ਸਾਹਿਬ ਜੀ ਦੇ 550 ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅੱਜ ਨਗਰ ਕੀਰਤਨ, 8ਵਾਂ ਨਗਰ ਕੀਰਤਨ ਜੋ ਹੈ ਉਹ ਸਜਾਇਆ ਜਾ ਰਿਹਾ ਗੁਰਦੁਆਰਾ ਸਾਹਿਬ ਧੰਨ ਧੰਨ ਬਾਬਾ ਬੁੱਢਾ ਜੀ ਸਿੱਖ ਸੈਂਟਰ ਕਸਨਲ ਬਰੇਸ਼ੀਆ ਦੀਆਂ ਸੰਗਤਾਂ ਵੱਲੋਂ ਜੀ। ਸੋ ਇੱਕ ਵਾਰ ਫਿਰ ਸਮੁੱਚੀਆਂ ਸੰਗਤਾਂ ਗੁਰਦੁਆਰਾ ਸਾਹਿਬ ਦੀਆਂ ਵੱਲੋਂ ਦੁਨੀਆ ਭਰ ਵਿੱਚ ਵੱਸਦੀ ਨਾਨਕ ਨਾਮ ਲੇਵਾ ਸਾਧ ਸੰਗਤ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਦੇ 550 ਪ੍ਰਕਾਸ਼ ਦਿਹਾੜੇ ਦੀਆਂ ਅਤੇ ਜੋ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ ਹੈ ਉਹਦੀਆਂ ਲੱਖਾਂ ਹੀ ਲੱਖਾਂ ਵਧਾਈਆਂ ਹੋਣ ਜੀ। ਸੋ ਇੱਦਾਂ ਹੀ ਚੜ੍ਹਦੀ ਕਲਾ ਦੇ ਵਿੱਚ ਸਿੱਖ ਜਕਾਰੇ ਗਜਾਉਂਦੇ ਰਹਿਣ, ਕੌਮ ਚੜ੍ਹਦੀ ਕਲਾ ਦੇ ਵਿੱਚ ਜਾਵੇ ਅਤੇ ਕਾਰਜ ਸਫਲ ਹੋਣ ਅਤੇ ਆਪਣਾ ਜੋ ਆਜ਼ਾਦੀ ਹੈਗੀ ਆ ਸਿੱਖ ਕੌਮ ਨੂੰ ਜਲਦੀ ਤੋਂ ਜਲਦੀ ਮਿਲੇ। ਸੋ KTV ਦਾ ਜੋ ਚੈਨਲ ਹੈ UK ਤੋਂ, ਸੋ ਬੜੀ ਮਿਹਨਤ ਦੇ ਨਾਲ ਕੌਮ ਦੀਆਂ ਸਾਰਿਆਂ ਤੋਂ ਪਹਿਲਾਂ ਜੋ ਵੀ ਸੇਵਾਵਾਂ ਹਨ ਉਹ ਨਿਭਾ ਰਹੇ ਹਨ। ਕੌਮ ਦਾ ਮਸਲਾ ਕੋਈ ਵੀ ਹੋਵੇ, ਚਾਹੇ ਆਜ਼ਾਦੀ ਦਾ ਹੋਵੇ, ਚਾਹੇ ਕੋਈ ਵੀ ਮਸਲਾ ਹੋਵੇ, ਸੋ ਪੰਥ ਦੀ ਚੜ੍ਹਦੀ ਕਲਾ ਲਈ ਹਰ ਵੇਲੇ ਤਤਪਰ ਰਹਿੰਦਾ ਹੈ। ਸੋ ਇਹੋ ਜਿਹਾ ਜਿਹੜੇ ਮੀਡੀਆ ਹੈਗਾ ਉਹ ਸਿੱਖ ਕੌਮ ਨੂੰ ਬਹੁਤ ਜ਼ਰੂਰਤ ਹੈ। ਸੋ ਬੇਨਤੀ ਆ ਸਾਰੀਆਂ ਸੰਗਤਾਂ ਨੂੰ ਵੀ ਇਹਨਾਂ ਦੀ ਵੱਧ ਤੋਂ ਵੱਧ ਜਿੱਥੇ ਵੀ ਮਿਲਣ ਮਦਦ ਕਰਿਆ ਕਰੋ, ਜ਼ਰੂਰ ਚੈਨਲ ਦੀ ਮਦਦ ਕਰਿਆ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਂਦੇ, 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 ਮੇਰੀ ਖੱਲੋਂ ਮੌਜੜੇ ਸਿੱਖ ਹੰਡਾਂਦੇ।
ਮਸਤਕ ਲੱਗੇ ਸਾਦਰੇ ਵੱਡ ਪਾਗ ਜਿਨਾ ਦੇ ਮਸਤਕ ਲੱਗੇ ਸਾਦਰੇ ਵੱਡ ਪਾਗ ਜਿਨਾ ਦੇ ਫਤਿਹ ਸਮੂਹ ਜਗਤ ਨੂੰ ਗੁਰੂ ਨਾਨਕ ਸਾਹਿਬ ਦੇ 550 ਸਾਲਾਂ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਿੱਖਾਂ ਦੇ ਪਹਿਲੇ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸਾਰੇ ਸਿੱਖ ਜਿੱਥੇ ਵੀ ਗੁਰੂ ਨਾਨਕ ਨਾਮ ਸਿੱਖ ਬੈਠਾ ਹੈ ਸਾਰਿਆਂ ਨੂੰ ਲੱਖ ਲੱਖ ਵਧਾਈ। ਅਤੇ ਨਾਲ ਹੀ ਜੋ 72 ਸਾਲਾਂ ਦਾ ਜੋ ਸਿੱਖ ਅਰਦਾਸ ਕਰਦੇ ਹਨ ਉਹ ਅਰਦਾਸ ਪੂਰੀ ਹੋਈ ਹੈ ਦੋਵਾਂ ਸਰਕਾਰਾਂ ਵੱਲੋਂ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਦੋਵਾਂ ਸਰਕਾਰਾਂ ਨੇ ਜੋ ਕੀਰਤਪੁਰ ਰਾਹ ਖੋਲ੍ਹਿਆ, ਜਿਨ੍ਹਾਂ ਨੇ 18 ਸਾਲ ਸਾਡੇ ਗੁਰੂ ਜੀ ਨੇ ਉੱਥੇ ਤਪੱਸਿਆ ਕੀਤੀ, ਉੱਥੇ ਵੰਡ ਛਕੋ ਕਿਰਤ ਕਰੋ ਦਾ ਹੋਕਾ ਦਿੱਤਾ ਸੀ, ਅਤੇ ਉਹਨਾਂ ਦੇ ਦਰਸ਼ਨ ਦਰ ਦੇ ਅੰਦਰ ਵੀ ਦੋਵਾਂ ਸਰਕਾਰਾਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ KTV ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ, ਜੋ ਜਿੱਥੇ ਵੀ ਪੰਥ ਦਾ ਕੰਮ ਹੁੰਦਾ ਹੈ ਵੱਧ ਚੜ ਕੇ ਆਉਂਦੇ ਨੇ ਅਤੇ ਸਿੱਖ ਦੀ ਆਵਾਜ਼ ਉਡਾਉਂਦੇ ਨੇ, ਚੁੱਕਦੇ ਨੇ, ਉਹਨਾਂ ਦਾ ਵੀ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 550 ਸਾਲੇ
ਆਪ ਸਭ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ। ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਦਿਹਾੜੇ 'ਤੇ ਸਜਾਇਆ ਗਿਆ ਜੀ। ਸਾਰੀ ਸੰਗਤ ਨੂੰ ਜੋ ਸਿੱਖ ਜਿਹੜਾ KTV ਸੁਣ ਰਹੇ ਨੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਗੁਰੂ ਪਿਆਰੀ ਸਾਹਿਬ ਸਿੰਘ ਜੀ ਸਾਡੇ ਨਾਲ ਜੁੜ ਚੁੱਕੇ ਨੇ, ਗੁਰੂ ਘਰ ਦੇ ਵਜ਼ੀਰ ਸਤਿਕਾਰਯੋਗ। ਉਹਨਾਂ ਨੂੰ ਆਪਾਂ ਪੁੱਛਦੇ ਹਾਂ ਕਿ ਅੱਜ ਜੋ ਮਹਾਨਗਰ ਕੀਰਤਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਸਜਾਇਆ ਜਾ ਰਿਹਾ ਹੈ, ਉਸ ਦੇ ਸੰਬੰਧ ਵਿੱਚ KTV ਦੇ ਮਾਧਿਅਮ ਰਾਹੀਂ ਆਪ ਸਿੱਖ ਸੰਗਤਾਂ ਨੂੰ ਕੀ ਆਪਣੇ ਵਿਚਾਰ ਦੇਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। KTV ਵਾਲੇ ਜਿੰਨੇ ਵੀ ਆ ਸਾਰੇ ਸੇਵਾਦਾਰ, ਸਾਰੇ ਵਰਕਰ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਰਿਲੇਅ ਕਰ ਰਹੇ ਹਨ ਇਸ ਨਗਰ ਕੀਰਤਨ ਦਾ। ਬਾਕੀ ਧੰਨ ਧੰਨ ਬਾਬਾ ਬੁੱਢਾ ਜੀ ਸਿੱਖ ਸੈਂਟਰ ਦੀਆਂ ਸਮੂਹ ਸੰਗਤਾਂ ਔਰ ਸਾਰੇ ਯੂਰਪ ਦੀਆਂ ਸੰਗਤਾਂ, ਦੇਖੋ ਕਿੱਦਾਂ ਦੇਸ਼ਾਂ ਵਿਦੇਸ਼ਾਂ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਬਹੁਤ ਹੀ ਉਤਸ਼ਾਹ ਦੇ ਨਾਲ ਮਨਾ ਰਹੇ ਹਨ ਦੇਸ਼ਾਂ ਵਿਦੇਸ਼ਾਂ ਦੇ ਵਿੱਚ। ਸੋ ਸਾਧ ਸੰਗਤ ਜੀ, ਉਹ ਸਾਡੀਆਂ ਵੀ ਇੱਥੋਂ ਦੀਆਂ ਸੰਗਤਾਂ ਬਹੁਤ ਹੀ ਮਨਾਂ ਵਿੱਚ ਉੱਚ ਉਤਸ਼ਾਹ ਹੈ ਜੋ ਕਿ ਨਗਰ ਕੀਰਤਨ ਦੇਖੋ ਕਿੱਦਾਂ ਰੌਣਕਾਂ ਲੱਗੀਆਂ ਹਨ, ਬੀਬੀਆਂ ਕੀਰਤਨ ਕਰ ਰਹੀਆਂ ਹਨ। ਸੋ ਮੈਂ ਬਹੁਤ ਹੀ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਮੈਂ ਵੀ ਇੱਕ ਆਪਣੇ ਆਪ ਨੂੰ ਬਹੁਤ ਚੰਗਾ ਮਹਿਸੂਸ ਕਰ ਰਿਹਾ ਕਿ ਮੇਰੇ ਵੀ ਧੰਨ ਭਾਗ ਚੰਗੇ ਹਨ ਜਿਹੜਾ ਕਿ ਮੈਂ ਇਸ ਗੁਰੂ ਘਰ ਵਿੱਚ ਆ ਕੇ ਸੇਵਾ ਨਿਭਾ ਰਿਹਾ ਹਾਂ ਔਰ ਸੰਗਤਾਂ ਦੇ ਦਰਸ਼ਨ ਕਰ ਰਿਹਾ ਹਾਂ, ਮੇਰੇ ਭਾਗ ਚੰਗੇ ਹਨ। ਮੈਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਦੇਵ ਦਾ 550ਵਾਂ ਪ੍ਰਕਾਸ਼ ਪੁਰਬ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ, ਮਾਰੇ ਕਿਰਪਾ ਕਰੇ ਸਭ ਦੁਨੀਆਂ ਦੇ ਉੱਤੇ ਇੱਦਾਂ ਤਰ੍ਹਾਂ ਹੀ ਮਾਲਕ ਮੇਰ ਕਰਦੇ ਰਹੇ ਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ 550 ਸਾਲਾਂ ਦੀ। ਦੂਜਾ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਨਗਰ ਕੀਰਤਨ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ, ਵਾਹਿ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਹੀ ਭਾਗਾ ਭਰਿਆ ਇਹ ਦਿਨ ਮਨਾ ਰਹੇ ਹਨ ਸਿੱਖ ਸੈਂਟਰ ਕਸਮ ਦੇ ਲਓ। ਆਪ ਸਾਰੀਆਂ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਦੇ 550ਵੇਂ ਇਹ ਜਿਹੜਾ ਮਨਾ ਰਹੇ ਹਾਂ ਲੱਖ ਲੱਖ ਵਧਾਈਆਂ ਹੋਣ। ਸੋ ਸਤਿਗੁਰੂ ਨੇ ਸੱਚਾ ਉਪਦੇਸ਼ ਦੇ ਕੇ ਦੁਨੀਆਂ ਨੂੰ ਉਤਾਰਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਿੱਖ ਸੰਗਤ ਨੂੰ, ਦੂਰੋਂ ਨੇੜੋਂ ਆਈ ਉਹ ਸੰਗਤ ਨੂੰ, ਬਾਹਰੋਂ ਵਿਦੇਸ਼ਾਂ ਤੋਂ ਆਈ ਸੰਗਤ ਨੂੰ ਬਾਬਾ ਬੁੱਢਾ ਜੀ ਸਿੱਖ ਸੈਂਟਰ ਵੱਲੋਂ ਬਹੁਤ ਬਹੁਤ ਮੁਬਾਰਕਾਂ ਗੁਰੂ ਨਾਨਕ ਸਾਹਿਬ ਦਿਹਾੜੇ ਦੀਆਂ। ਹੋਰ ਲਾਂਘਾ ਕਰਤਾਰਪੁਰ ਸਾਹਿਬ ਵਾਲਾ ਖੁੱਲ੍ਹਣ ਦੀਆਂ ਸਾਰੀ ਕੌਮ ਨੂੰ ਬਹੁਤ ਮੁਬਾਰਕਾਂ ਹੋਣ। ਪਾਕਿਸਤਾਨ ਅਤੇ ਇੰਡੀਆ ਸਰਕਾਰ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਦੇਖ ਰਹੇ ਹੋ ਨਗਰ ਕੀਰਤਨ ਸਿੱਖ ਸੰਗਤਾਂ ਮਹਾਰਾਜ ਜੀ ਦੀ ਪਾਲਕੀ ਦੇ ਨਾਲ ਨਾਲ ਚੱਲ ਰਹੀਆਂ ਨੇ। ਸਾਡੇ ਨਾਲ ਸਾਡੇ ਵੀਰ ਜੀ ਜੁੜ ਚੁੱਕੇ। ਵੀਰ ਜੀ, ਅੱਜ ਇਸ ਖੁਸ਼ੀਆਂ ਭਰੇ ਮੌਕੇ 'ਤੇ KTV ਦੇ ਮਾਧਿਅਮ ਰਾਹੀਂ ਆਪ ਜੀ ਕੀ ਕਹਿਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਨੂੰ ਮੈਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਜਿੱਥੇ ਅੱਜ ਆਪਾਂ ਪ੍ਰਕਾਸ਼ ਪੁਰਬ ਨੂੰ ਲੈ ਕੇ ਖੁਸ਼ੀਆਂ ਮਨਾ ਰਹੇ ਹਾਂ, ਮਹਾਰਾਜ ਜੀ ਦੇ ਆਗਮਨ ਪੁਰਬ ਦੀਆਂ ਖੁਸ਼ੀਆਂ ਦੇ ਅੰਦਰ ਹਰ ਥਾਂ 'ਤੇ ਨਗਰ ਕੀਰਤਨ ਵੀ ਸਜਾਏ ਜਾ ਰਹੇ ਨੇ। ਦੂਸਰੇ ਪਾਸੇ
ਭਾਰਤ ਸਰਕਾਰ ਔਰ ਪਾਕਿਸਤਾਨ ਦੀ ਸਰਕਾਰ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜੋ ਲਾਂਘਾ ਖੋਲ੍ਹਿਆ ਹੈ ਉਸ ਦੇ ਸੰਬੰਧ ਵਿੱਚ ਔਰ ਨਗਰ ਕੀਰਤਨ ਜੋ ਅੱਜ ਸਜਾਇਆ ਜਾ ਰਿਹਾ ਹੈ ਇਸ ਦੇ ਸੰਬੰਧ ਵਿੱਚ ਕੇ ਟੀ ਵੀ ਦੇ ਮਾਧਿਅਮ ਰਾਹੀਂ ਆਪ ਜੀ ਕੀ ਕਹਿਣਾ ਚਾਹੁੰਦੇ ਹੋ? ਪਹਿਲਾਂ ਸਭ ਤੋਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਜੀ। ਬਹੁਤ ਵਧੀਆ ਗੱਲ ਹੈ ਜੀ, ਕਰਤਾਰਪੁਰ ਦਾ ਲਾਂਘਾ ਜਿਹੜਾ ਖੁੱਲ੍ਹਿਆ ਵੇ, ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਵਧਾਈਆਂ ਹੁਣ ਦੋਨਾਂ ਸਰਕਾਰਾਂ ਦੇ ਉਪਰਾਲੇ ਵਜੋਂ ਸਾਨ ਨਵਜੋਤ ਸਿੰਘ ਦੇ ਸਿੱਧੂ ਦੇ ਉਪਰਾਲੇ ਹੋਏ ਸਦਕੇ ਇਹ ਕੋਰੀਡੋਰ ਖੁੱਲ੍ਹਿਆ ਹੈ ਕਰਤਾਰਪੁਰ ਸਾਹਿਬ ਦਾ। ਬਾਕੀ ਬਹੁਤ ਵਧੀਆ ਗੱਲ ਸਰਕਾਰਾਂ ਨੂੰ ਮਿਲ ਕੇ ਸਾਨੂੰ ਅੱਗੇ ਵੀ ਕੋਰੀਡੋਰ ਸਾਡੇ ਹੋਰ ਵੀ ਨਨਕਾਣਾ ਸਾਹਿਬ ਨੇ, ਪੰਜਾ ਸਾਹਿਬ, ਗੁਰਦੁਆਰਾ ਸਾਹਿਬ, ਉੱਥੇ ਸਾਨੂੰ ਦਰਸ਼ਨ ਹੋਣੇ ਚਾਹੀਦੇ ਸਾਰੀ ਸਿੱਖ ਸੰਗਤਾਂ ਨੂੰ। ਬਹੁਤ ਵਧੀਆ ਉਪਰਾਲਾ ਸੰਗਤਾਂ ਦਾ, ਬਹੁਤ ਵਧੀਆ ਸਰਕਾਰਾਂ ਨੇ ਕੀਤਾ, ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵਡਭਾਗਾ ਦਿਨ ਹੈ ਅੱਜ, ਜਿੱਥੇ ਪ੍ਰਦੇਸ਼ਾਂ ਵਿੱਚ ਜਾ ਕੇ ਅਸੀਂ ਆਪਣਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਮਿਹਰ ਸਦਕਾ 550 ਪ੍ਰਕਾਸ਼ ਦਿਹਾੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਬਹੁਤ ਹੀ ਵਡਭਾਗਾ ਦਿਨ ਹੈ। ਇੱਥੇ ਨਹੀਂ, ਹਰ ਇੱਕ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਹੈ ਅਤੇ ਬੜੀ ਖੁਸ਼ੀ ਦੀ ਗੱਲ ਹੈ। ਅਤੇ ਵੀਰ ਜੀ, ਜੋ ਕਰਤਾਰਪੁਰ ਸਾਹਿਬ ਦਾ ਲਾਂਘਾ ਭਾਰਤ ਔਰ ਪਾਕਿਸਤਾਨ ਦੀ ਸਰਕਾਰ ਵੱਲੋਂ ਇੱਕ ਸਮਝੌਤੇ ਰਾਹੀਂ ਖੋਲ੍ਹਿਆ ਗਿਆ, ਉਸ ਦੇ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ ਹੋ? ਉਹ ਤਾਂ ਅਰਦਾਸ ਪੂਰੀ ਹੋਈ ਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ, ਜਿਹੜੀ ਕਈ ਸਮਿਆਂ ਤੋਂ 75 ਸਾਲਾਂ ਤੋਂ, ਯਾਨੀ ਕਿ ਆਪਾਂ 72 ਸਾਲਾਂ ਤੋਂ ਜਿਹੜੀ ਅਰਦਾਸ ਹੋਈ ਹੈ ਉਹ ਪੂਰੀ ਹੋਈ ਹੈ। ਅਤੇ ਉਹ ਬਹੁਤ ਇੱਕ ਹਿਸਾਬ ਦੇ ਭਾਈਬੰਦੀ ਨਾਲ ਸੰਬੰਧ ਜੁੜਿਆ। ਬਹੁਤ ਹੀ ਪਿਆਰਾ ਵਡਭਾਗਾ ਦਿਨ ਉਹ ਵੀ ਹੈ ਭਾਅ ਜੀ। ਅੱਜ ਤੋਂ 72 ਸਾਲ ਪਹਿਲਾਂ ਵੀ ਸਰਕਾਰਾਂ ਆਉਂਦੀਆਂ ਰਹੀਆਂ ਜਾਂਦੀਆਂ ਰਹੀਆਂ, ਪਰ ਇਹੋ ਜਿਹਾ ਉਪਰਾਲਾ ਕਿਸੇ ਨੇ ਨਹੀਂ ਕੀਤਾ। ਸ਼ਾਇਦ ਇਹ ਨਵਜੋਤ ਸਿੰਘ ਸਿੱਧੂ ਔਰ ਇਮਰਾਨ ਖਾਨ ਦੇ ਸਹਿਯੋਗ ਸਦਕਾ, ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਿਰਪਾ ਸਦਕਾ ਹੋਇਆ। ਇਹ ਬਸ ਇਹ ਸਮਾਂ ਪਾ ਕੇ ਜੋ ਵੀ ਯਾਨੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੇਵਾ ਲੈਣੀ ਜਿੰਨਾ ਕੋਲ ਲਿੱਤੀ ਹੈ, ਉਹ ਦੋ ਵਡਭਾਗੀ ਗੁਰਮੁਖਾਂ ਕੋਲ ਲਿੱਤੀ ਹੈ। ਧੰਨਵਾਦ ਭਾਈ, ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ 550 ਸਾਲ ਦੀਆਂ ਸਮੁੱਚੀਆਂ ਹੀ ਨਾਨਕ ਲੇਵਾ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਸੋ ਗੁਰੂ ਪਿਆਰੀ ਸਾਹਿਬ ਸਿੰਘ ਜੀ, ਆਪ ਸਾਹਿਬ ਸੰਗਤਾਂ ਨੂੰ ਪਤਾ ਹੈ ਕਿ ਜਿਸ ਤਰ੍ਹਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਹੈ ਉਹ ਖੁੱਲ੍ਹ ਚੁੱਕਾ ਹੈ ਅਤੇ ਸੰਗਤਾਂ ਇਸ ਵਿੱਚ ਬਹੁਤ ਹੀ ਖੁਸ਼ ਹਨ, ਪ੍ਰਸੰਨ ਹਨ ਅਤੇ ਗੁਰੂ ਦੀਆਂ ਖੁਸ਼ੀਆਂ ਮਨਾ ਰਹੀਆਂ ਹਨ। ਇਸ ਤਰ੍ਹਾਂ ਹੀ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 550 ਗੁਰਪੁਰਬ ਜਿਹੜਾ ਪ੍ਰਕਾਸ਼ ਦਿਹਾੜਾ ਉਹ ਬੜੇ ਉਤਸ਼ਾਹ ਅਤੇ ਪਿਆਰ ਪ੍ਰੇਮ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਸੋ ਆਪ ਸਾਹਿਬ ਦਾ ਫਰਜ਼ ਬਣਦਾ ਸਾਡਾ ਕਿ ਅਸੀਂ ਵੱਧ ਤੋਂ ਵੱਧ ਗੁਰੂ ਨਾਲ ਜੁੜ ਕੇ ਗੁਰੂ ਵਾਲੇ ਬਣੀਏ ਅਤੇ ਜੋ KTV ਜੋ ਚੈਨਲ ਹੈ ਉਹ ਆਪ ਸਾਹਿਬ ਸੰਗਤ ਨੂੰ ਪਤਾ ਹੈ ਕਿ ਨਵਾਂ ਚੱਲਿਆ ਹੈ ਪਰ ਬਹੁਤ ਹੀ ਬੁਲੰਦੀਆਂ 'ਤੇ ਜਾ ਰਿਹਾ ਹੈ। ਆਪਾਂ ਨੂੰ KTV ਦੀ ਵੱਧ ਤੋਂ ਵੱਧ ਸਪੋਰਟ ਕਰਨੀ ਚਾਹੀਦੀ ਹੈ ਤਾਂ ਜੋ ਕਿ ਇਹ ਜਿਹੜੇ ਚੈਨਲ ਹੋਣਗੇ ਅਤੇ ਸਾਡੀਆਂ ਜਿਹੜੀ ਕੌਮ ਜਿਹੜੀ ਹੈ ਤਾਂ ਹੀ ਵੱਧ ਸਕਦੀ ਹੈ। ਸੋ ਹੋਈਆਂ ਭੁੱਲਾਂ ਬੇਨਤੀ ਗਲਤੀਆਂ ਮਾਫ਼ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਵੀਰ ਨਗਰ ਕੀਰਤਨ 550 ਸਾਲਾਨਾ ਦੇ ਉੱਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਜੋ ਨਗਰ ਕੀਰਤਨ ਸਜਾਏ ਜਾ ਰਹੇ ਹਨ ਅਤੇ ਸਾਰੀ ਜੋ ਸੰਗਤਾਂ ਦੇਖ ਰਹੀਆਂ ਹੈ ਨਗਰ ਕੀਰਤਨ ਔਰ ਜੋ ਬਾਹਰ ਦੇਸ਼ਾਂ ਪ੍ਰਦੇਸ਼ਾਂ ਵਿੱਚ ਬੈਠੇ ਹੈ ਸਾਰਿਆਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਸਭ ਤੋਂ ਪਹਿਲਾਂ 550ਵੇਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਹੈ।
ਬਹੁਤ ਦੂਰੋਂ ਦੂਰੋਂ ਚੱਕ ਕੇ ਸੰਗਤ ਜਿਹੜੀ ਹੈ ਇੱਥੇ ਧੰਨ ਧੰਨ ਬਾਬਾ ਬੁੱਢਾ ਜੀ ਸਿੱਖ ਸੈਂਟਰ ਵਿਖੇ ਪਹੁੰਚੀ ਹੈ ਜੀ। ਸੋ ਸਮੂਹ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ। ਅੱਜ ਦਾ ਇਹ ਦਿਹਾੜਾ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ, ਉਸੇ ਨੂੰ ਹੀ ਸੰਬੰਧਿਤ ਇਹ ਲੜੀ ਜਿਹੜੀ ਆ ਗੁਰਦੁਆਰਾ ਵਿਖੇ ਬਾਬਾ ਬੁੱਢਾ ਜੀ ਵਿਖੇ ਮਨਾਇਆ ਜਾ ਰਿਹਾ ਜੀ। ਸੋ ਗੁਰੂ ਮਹਾਰਾਜ ਕਿਰਪਾ ਕਰਨ ਅੱਜ ਪੂਰੀ ਸਿੱਖ ਕੌਮ ਜਿੱਥੇ ਖੁਸ਼ੀਆਂ ਮਨਾ ਰਹੀ ਹੈ, ਕਿਉਂਕਿ ਕਰਤਾਰਪੁਰ ਲਾਂਘਾ ਵੀ ਦੀਆਂ ਸਰਹੱਦ ਜਿਹੜੀ ਉਹ ਇੰਡੀਆ ਅਤੇ ਪਾਕਿਸਤਾਨ ਦੀ ਸਰਹੱਦ ਜਿਹੜੀ ਉਹ ਖਤਮ ਹੋ ਕੇ ਕਰਤਾਰਪੁਰ ਲਾਂਘਾ ਸ਼ੁਰੂ ਹੋ ਰਿਹਾ, ਦਾਸ ਉਸ ਦੀਆਂ ਵੀ ਬਹੁਤ ਬਹੁਤ ਵਧਾਈਆਂ ਦਿੰਦਾ ਹੈ ਜੀ। ਸੋ ਇਸ ਦੇ ਨਾਲ ਹੀ KTV ਜੋ ਕਿ ਗੁਰੂ ਘਰ ਪਹੁੰਚ ਕੇ ਜੋ ਲਾਈਵ ਪ੍ਰੋਗਰਾਮ ਦੇ ਰਹੇ ਹਨ, ਸੋ KTV ਦਾ ਵੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਰ ਖਾਲਸਾ ਵੈਰੀ ਫਤਿਹ ਜੀ। ਸਮੂਹ ਸੰਗਤ ਨੂੰ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਜੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 550 ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੇ ਨਗਰ ਕੀਰਤਨ ਕੱਢਿਆ ਜਾ ਰਿਹਾ ਆ। ਆਪ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਗੁਰੂ ਨਾਨਕ ਦੇ ਗੁਰਪੁਰਬ ਦੀਆਂ 550 ਸਾਲ ਦੀਆਂ। ਆਪ ਇਸ ਤਰ੍ਹਾਂ ਹਮੇਸ਼ਾ ਚੜ੍ਹਦੀ ਕਲਾ ਖਾਲਸਾ ਰਹੇ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਧੰਨ ਧੰਨ ਮੇਰੇ ਗੁਰਦੇਵ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਅੱਜ ਕਸਤਲ ਨੇਦਲੋ ਦੀ ਧਰਤੀ 'ਤੇ ਨਗਰ ਕੀਰਤਨ ਕੱਢੇ ਜਾ ਰਹੇ ਨੇ। ਸਰਬੱਤ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਹੋਣ, ਲੱਖ ਲੱਖ ਵਧਾਈਆਂ ਹੋਣ। ਔਰ ਜੋ 70 ਸਾਲ ਦੀ ਘਾਲ ਕਮਾਈ ਤੋਂ ਬਾਅਦ, 70 ਸਾਲ ਤੋਂ ਬਾਅਦ ਕੱਲ੍ਹ ਕਰਤਾਰਪੁਰ ਸਾਹਿਬ ਵਿਖੇ ਜੋ ਲਾਂਘਾ ਖੁੱਲ੍ਹਾ ਹੈ, ਉਹਦੀਆਂ ਵੀ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਹਾਂ। ਸਭ ਸਿੱਖ ਜਗਤ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਕੋਟਨ ਕੋਟ ਮੁਬਾਰਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ
ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਗੁਰਪੁਰਬ ਨੂੰ ਲੈ ਕੇ ਲੱਖ ਲੱਖ ਵਧਾਈ ਹੋਵੇ। ਜਿਸ ਤਰ੍ਹਾਂ ਅੱਜ ਸੁਲਤਾਨਪੁਰ ਲੋਧੀ ਵਿਖੇ ਅਤੇ ਪਾਕਿਸਤਾਨ ਦੇ ਵਿੱਚ ਕਰਤਾਰਪੁਰ ਸਾਹਿਬ ਵਿਖੇ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ, ਉਸੇ ਹੀ ਤਰ੍ਹਾਂ ਅੱਜ ਵਿਦੇਸ਼ ਦੀ ਧਰਤੀ ਇਟਲੀ ਦੇ ਵਿਖੇ ਨਗਰ ਕੀਰਤਨ ਸਜਾਇਆ ਜਾ ਰਿਹਾ, ਜਿਹਦੇ ਵਿੱਚ ਹੁੰਮ ਹੁੰਮਾ ਕੇ ਦੂਰੋਂ ਨੇੜਿਓਂ ਸੰਗਤਾਂ ਪਹੁੰਚੀ ਹੋਈਆਂ ਨੇ। ਤੁਸੀਂ ਵੇਖ ਸਕਦੇ ਹੋ ਪਿੱਛੇ ਮਹਾਰਾਜ ਦੇ 5 ਪਿਆਰੇ ਸਜੇ ਹੋਏ ਨੇ, ਨਾਲ ਮਹਾਰਾਜ ਦੀ ਪਾਲਕੀ ਸਾਹਿਬ ਆ ਰਹੀ ਹੈ ਅਤੇ ਬਹੁਤ ਹੀ ਸੰਗਤਾਂ ਦਾ ਇਕੱਠ ਹੈ ਜੋ ਤੁਸੀਂ ਦੇਖ ਰਹੇ ਹੋ। ਸਾਰੀਆਂ ਸੰਗਤਾਂ ਬਹੁਤ ਹੀ ਆਨੰਦ ਮਾਣ ਰਹੀਆਂ ਨੇ। ਸਾਰੀ ਸਿੱਖ ਜਗਤ ਨੂੰ, ਗੁਰੂ ਨਾਨਕ ਲੇਵ ਲੇਵਾ ਸੰਗਤ ਨੂੰ ਸਾਡੇ ਵੱਲੋਂ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਗੁਰੂ ਨਾਨਕ ਸਾਹਿਬ ਦੇ 550 ਸਾਲਾਂ ਦੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਅਤੇ ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਸਾਰੇ ਜਗਤ ਨੂੰ ਬਹੁਤ ਬਹੁਤ ਵਧਾਈ ਹੋਵੇ। ਸੰਗਤ, ਸਾਰੀ ਸੰਗਤ ਨੂੰ ਬੇਨਤੀ ਹੈ ਸਿੱਖ ਚੈਨਲ ਦੀ ਵੱਧ ਤੋਂ ਵੱਧ ਮਦਦ ਕਰੋ। ਇਹਨੇ ਵਧਾਈ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਜਿਵੇਂ ਕਿ ਆਪ ਜੀ ਨੂੰ ਦੱਸਿਆ ਹੈ ਪਹਿਲਾਂ ਵੀ ਕਿ ਅੱਜ ਗੁਰਦੁਆਰਾ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਸਿੱਖ ਸੈਂਟਰ ਕਸਤੇ ਨੇਦਲ ਵਿਖੇ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦੇ 550 ਸਾਲਾ ਆਗਮਨ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸਜਾਇਆ ਗਿਆ ਹੈ। ਨਗਰ ਕੀਰਤਨ ਇਸ ਸਮੇਂ ਸਮਾਪਤੀ ਦੇ ਵੱਲ ਨੂੰ ਵੱਧ ਰਿਹਾ ਹੈ। ਸਮੂਹ ਸੰਗਤਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਿੱਛੇ ਬੜੇ ਸ਼ਰਧਾ ਭਾਵਨਾ ਸਤਿਕਾਰ ਦੇ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ, ਸ਼ਬਦ ਗਾਇਨ ਕਰਦੀਆਂ ਇੱਥੇ ਆ ਰਹੀਆਂ ਨੇ। ਤਕਰੀਬਨ ਗੁਰੂ ਘਰ ਦੇ ਬਿਲਕੁਲ ਨਜ਼ਦੀਕ ਨਗਰ ਕੀਰਤਨ ਪਹੁੰਚ ਚੁੱਕਿਆ ਹੈ। ਬਹੁਤ ਹੀ ਸੁਚੱਜੇ ਢੰਗ ਦੇ ਨਾਲ ਪ੍ਰਸ਼ਾਸਨ ਵੱਲੋਂ ਪ੍ਰਬੰਧ ਕੀਤੇ ਗਏ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਵੱਲੋਂ ਪ੍ਰਬੰਧ ਕੀਤੇ ਗਏ ਔਰ ਸਮੁੱਚੀਆਂ ਹੀ ਸੰਗਤਾਂ ਨੇ ਵੱਡੇ ਸਹਿਯੋਗ ਦੇ ਨਾਲ ਨਗਰ ਕੀਰਤਨ ਦੀ ਸ਼ੋਭਾ ਵਧਾਈ ਹੈ। ਸਾਰੀਆਂ ਸਮੂਹ ਸੰਗਤਾਂ ਨੂੰ KTB ਵੱਲੋਂ ਫਿਰ ਇਸ ਮਹਾਨ ਉਪਰਾਲੇ ਦੇ ਸੰਬੰਧ ਵਿੱਚ ਜੋ ਉਹਨਾਂ ਨੇ ਸ਼ਰਧਾ ਭਾਵਨਾ ਸਤਿਕਾਰ ਨਾਲ ਇਹ ਸੇਵਾਵਾਂ ਨਿਭਾਈਆਂ, ਜਿਨ੍ਹਾਂ ਵੀਰਾਂ ਨੇ, ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬਿੰਮੀ ਰਹਿ ਨੜੀਏ ਉਹ ਚਮਕਣ ਤਾਰੇ ਜੋ ਇਹ ਜਾਗਣ ਸੰਤ ਜਣਾ ਮੇਰੇ ਰਾਮ ਪਿਆਰੇ ਜੋ ਇਹ ਬਿੰਮੀ ਰਹਿ